SHO ਸਦਰ ਗੁਰਦਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ, ਥਾਣੇ ਨਾਕਾਬੰਦੀ। ਮਦਨ ਗੁੱਜਰ ਪੁੱਤਰ ਫੈਰੂ ਗੁੱਜਰ ਵਾਸੀ ਪਿੰਡ ਸਹਾਰਾ, ਥਾਣਾ ਪਰਛੋਲੀ, ਜ਼ਿਲ੍ਹਾ ਚਿਤੌੜਗੜ੍ਹ, ਰਾਜਸਥਾਨ। ਇਹਨੂੰ ਸ਼ੱਕ ਦੀ ਬਿਨਾਹ 'ਤੇ ਚੈੱਕ ਕੀਤਾ ਗਿਆ। ਜੋ ਚੈੱਕ ਕਰਨ 'ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ, ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ, 25,000 ਰੁਪਇਆ ਡਰੱਗ ਮਨੀ ਕਰੰਸੀ ਨੋਟ ਜਿਹੜੇ ਬਰਾਮਦ ਹੋਏ ਨੇ। ਇਹਦੇ ਖਿਲਾਫ਼ ਜਿਹੜਾ ਮੁਕੱਦਮਾ FIR ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18-27 ਏ NDPS ਦਰਜ ਕੀਤਾ ਗਿਆ। ਦੋਸ਼ੀ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ। ਅਤੇ ਮਾਨਯੋਗ DGP ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ IPS, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਹਰੀਸ਼ ਦੈਮਾ SSP ਗੁਰਦਾਸਪੁਰ ਵੱਲੋਂ ਚਲਾਈ ਮੁਹਿੰਮ ਦੇ ਤਹਿਤ ਇੰਸਪੈਕਟਰ CIA ਕਪਿਲ ਕੌਸ਼ਲ ਅਤੇ SHO ਸਦਰ ਗੁਰਦਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ, ਦਰਾਣੇ ਨਾਕਾਬੰਦੀ। ਮਦਨ ਗੁੱਜਰ ਪੁੱਤਰ ਫੈਰੂ ਗੁੱਜਰ ਵਾਸੀ ਪਿੰਡ ਸਹਾਰਾ, ਥਾਣਾ ਪਰਛੋਲੀ, ਜ਼ਿਲ੍ਹਾ ਚਿਤੌੜਗੜ੍ਹ, ਰਾਜਸਥਾਨ। ਇਹਨੂੰ ਸ਼ੱਕ ਦੀ ਬਿਨਾਹ 'ਤੇ ਚੈੱਕ ਕੀਤਾ ਗਿਆ। ਜੋ ਚੈੱਕ ਕਰਨ 'ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ, ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ, 25,000 ਰੁਪਇਆ ਡਰੱਗ ਮਨੀ ਕਰੰਸੀ ਨੋਟ ਜਿਹੜੇ ਬਰਾਮਦ ਹੋਏ ਨੇ। ਇਹਦੇ ਖਿਲਾਫ਼ ਜਿਹੜਾ ਮੁਕੱਦਮਾ FIR ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18-27 ਏ NDPS ਦਰਜ ਕੀਤਾ ਗਿਆ। ਜੋ ਦੋਸ਼ੀ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ। ਸੋ ਫਰਦਰ ਜਿਹੜੀ ਹੈਗੀ ਅਗਲੀ ਕਾਰਵਾਈ ਕੀਤੀ ਜਾ ਰਹੀ। ਕਿੱਥੋਂ ਲੈ ਕੇ ਆ ਰਿਹਾ ਸੀਗਾ ਜੀ? ਇਹ ਰਾਜਸਥਾਨ ਤੋਂ ਲੈ ਕੇ ਆਇਆ ਸੀਗਾ, ਅਤੇ ਫਰਦਰ ਅੱਗੇ ਜਾ ਕੇ ਇਹਨੇ ਕਿਤੇ ਗੁਰਦਾਸਪੁਰ ਏਰੀਆ 'ਚ ਸਪਲਾਈ ਕਰਨੀ ਸੀ, ਅਤੇ ਇਹਨੂੰ ਅਰੈਸਟ ਕਰ ਲਿਆ। ਅਤੇ ਫਰਦਰ ਦਾ ਹੁਣ ਰਿਮਾਂਡ ਲਿਆ, ਇਹਦਾ ਰਿਮਾਂਡ ਲੈ ਕੇ ਫਰਦਰ ਅੱਗੇ ਤਫਤੀਸ਼ ਕਰਾਂਗੇ। ਇੱਥੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ? ਨਹੀਂ, ਫਿਲਹਾਲ ਕੋਈ ਨੋਟਸ ਨਹੀਂ ਆਇਆ, ਲੇਕਿਨ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ, ਰਿਕਾਰਡ ਚੈੱਕ ਕਰਾਂਗੇ। ਲੈ ਕੇ ਆਉਂਦਾ ਰਿਹਾ ਜੀ ਜਾਂ? ਹਾਂ ਨਹੀਂ, ਇਹ ਬਾਕੀ ਇਹਨੂੰ ਤਫਤੀਸ਼ ਡਿਟੇਲ 'ਚ ਕੋਸ਼ਿਸ਼ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ, ਰਿਮਾਂਡ ਲਿਆ ਇਹਦਾ, ਫਰਦਰ ਕੋਸ਼ਿਸ਼ ਕਰਾਂਗੇ। ਰਹਿਣ ਵਾਲਾ ਵੈਸੇ ਉੱਥੋਂ ਦਾ ਹੀ ਹੈ ਕਿ ਜਾਂ ਹਾਲ ਵਾਸੀ ਜਾਂ ਕੋਈ ਗੁਰਦਾਸਪੁਰ ਦਾ? ਨਹੀਂ, ਰਹਿਣ ਵਾਲਾ ਸਹਾਰਾ ਪਿੰਡ ਹੈ, ਰਾਜਸਥਾਨ 'ਚ ਰਹਿਣ ਵਾਲਾ ਉੱਥੋਂ ਦਾ ਹੀ ਹੈ। ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਹਾਂ, ਫਿਲਹਾਲ ਰਿਮਾਂਡ ਲੈ ਲਿਆ, ਅਰੈਸਟ ਕਰਕੇ ਰਿਮਾਂਡ ਲਿਆ, ਫਰਦਰ ਪੜਤਾਲ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ, ਅੱਗੇ ਕਿੱਥੇ ਸਪਲਾਈ ਕਰਦਾ ਸੀ। SHO ਸਦਰ ਗੁਰਦਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ, ਥਾਣੇ ਨਾਕਾਬੰਦੀ। ਮਦਨ ਗੁੱਜਰ ਪੁੱਤਰ ਫੈਰੂ ਗੁੱਜਰ ਵਾਸੀ ਪਿੰਡ ਸਹਾਰਾ, ਥਾਣਾ ਪਰਛੋਲੀ, ਜ਼ਿਲ੍ਹਾ ਚਿਤੌੜਗੜ੍ਹ, ਰਾਜਸਥਾਨ। ਇਹਨੂੰ ਸ਼ੱਕ ਦੀ ਬਿਨਾਹ 'ਤੇ ਚੈੱਕ ਕੀਤਾ ਗਿਆ। ਜੋ ਚੈੱਕ ਕਰਨ 'ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ, ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ, 25,000 ਰੁਪਇਆ ਡਰੱਗ ਮਨੀ ਕਰੰਸੀ ਨੋਟ ਜਿਹੜੇ ਬਰਾਮਦ ਹੋਏ ਨੇ। ਇਹਦੇ ਖਿਲਾਫ਼ ਜਿਹੜਾ ਮੁਕੱਦਮਾ FIR ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18-27 ਏ NDPS ਦਰਜ ਕੀਤਾ ਗਿਆ। ਦੋਸ਼ੀ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ। ਅਤੇ ਮਾਨਯੋਗ DGP ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ IPS, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਹਰੀਸ਼ ਦੈਮਾ SSP ਗੁਰਦਾਸਪੁਰ ਵੱਲੋਂ ਚਲਾਈ ਮੁਹਿੰਮ ਦੇ ਤਹਿਤ ਇੰਸਪੈਕਟਰ CIA ਕਪਿਲ ਕੌਸ਼ਲ ਅਤੇ SHO ਸਦਰ ਗੁਰਦਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ, ਦਰਾਣੇ ਨਾਕਾਬੰਦੀ। ਮਦਨ ਗੁੱਜਰ ਪੁੱਤਰ ਫੈਰੂ ਗੁੱਜਰ ਵਾਸੀ ਪਿੰਡ ਸਹਾਰਾ, ਥਾਣਾ ਪਰਛੋਲੀ, ਜ਼ਿਲ੍ਹਾ ਚਿਤੌੜਗੜ੍ਹ, ਰਾਜਸਥਾਨ। ਇਹਨੂੰ ਸ਼ੱਕ ਦੀ ਬਿਨਾਹ 'ਤੇ ਚੈੱਕ ਕੀਤਾ ਗਿਆ। ਜੋ ਚੈੱਕ ਕਰਨ 'ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ, ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ, 25,000 ਰੁਪਇਆ ਡਰੱਗ ਮਨੀ ਕਰੰਸੀ ਨੋਟ ਜਿਹੜੇ ਬਰਾਮਦ ਹੋਏ ਨੇ। ਇਹਦੇ ਖਿਲਾਫ਼ ਜਿਹੜਾ ਮੁਕੱਦਮਾ FIR ਨੰਬਰ 74
ਡੇਟਡ 9/7/2024 ਅੰਡਰ ਸੈਕਸ਼ਨ 18-27 ਏ NDPS ਤਹਿਤ ਕੀਤਾ ਗਿਆ। ਸੋ ਦੋਸ਼ੀ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ। ਸੋ ਫਰਦਰ ਜਿਹੜੀ ਹੈਗੀ ਅਗਲੀ ਕਾਰਵਾਈ ਕੀਤੀ ਜਾ ਰਹੀ। ਕਿੱਥੋਂ ਲੈ ਕੇ ਆ ਰਿਹਾ ਸੀਗਾ ਜੀ? ਇਹ ਰਾਜਸਥਾਨ ਤੋਂ ਲੈ ਕੇ ਆਇਆ ਸੀਗਾ ਅਤੇ ਫਰਦਰ ਅੱਗੇ ਜਾ ਕੇ ਇਹਨੇ ਕਿਸੇ ਗੁਰਦਾਸਪੁਰ ਏਰੀਏ 'ਚ ਸਪਲਾਈ ਕਰਨੀ ਸੀ ਅਤੇ ਇਹਨੂੰ ਅਰੈਸਟ ਕਰ ਲਿਆ ਅਤੇ ਫਰਦਰ ਦਾ ਹੁਣ ਰਿਮਾਂਡ ਲਿਆ ਦਾ ਰਿਮਾਂਡ ਲੈ ਕੇ ਫਰਦਰ ਅੱਗੇ ਤਫਤੀਸ਼ ਕਰਾਂਗੇ। ਇੱਥੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ? ਫਿਲਹਾਲ ਕੋਈ ਨੋਟਿਸ ਨਹੀਂ ਆਇਆ, ਲੇਕਿਨ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ, ਰਿਕਾਰਡ ਚੈੱਕ ਕਰਾਂਗੇ। ਲੈ ਕੇ ਆਉਂਦਾ ਰਿਹਾ ਜੀ ਜਾਂ? ਹਾਂ ਨਹੀਂ, ਇਹ ਬਾਕੀ ਇਹਨੂੰ ਤਫਤੀਸ਼ ਡਿਟੇਲ 'ਚ ਪੁੱਛਗਿੱਛ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ, ਰਿਮਾਂਡ ਲਿਆ ਦਾ ਫਰਦਰ ਪੁੱਛਗਿੱਛ ਕਰਾਂਗੇ। ਸਰ ਰਹਿਣ ਵਾਲਾ ਵੈਸੇ ਉੱਥੋਂ ਦਾ ਹੀ ਹੈ ਕਿ ਜਾਂ ਹਾਲ ਵਾਸੀ ਜਾਂ ਕੋਈ ਗੁਰਦਾਸਪੁਰ ਦਾ? ਨਹੀਂ, ਰਹਿਣ ਵਾਲਾ ਸਹਾਰਾ ਪਿੰਡ ਹੈ, ਰਾਜਸਥਾਨ 'ਚ ਰਹਿਣ ਵਾਲਾ ਉੱਥੋਂ ਦਾ ਹੀ ਹੈ। ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਹਾਂ, ਫਿਲਹਾਲ ਰਿਮਾਂਡ ਲੈ ਲਿਆ, ਅਰੈਸਟ ਕਰਕੇ ਰਿਮਾਂਡ ਲਿਆ, ਫਰਦਰ ਪੜਤਾਲ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ, ਅੱਗੇ ਕਿੱਥੇ ਸਪਲਾਈ ਕਰਦਾ ਸੀ।